ਹੈ ਅੱਲਾ ਹਮ ਤੇਰੀ ਹੀ ਇਬਾਦਤ ਕਰਤੇ ਹੈ ਔਰ ਤੁਝੀ ਸੇ ਮਦਦ ਮੰਗਤੇ ਹੈ। ਆਵਾਜ਼ ਕੀ ਦੁਨੀਆ ਕੇ ਦੋਸਤੋ ਅਸਲਾਮ ਅਲੈਕੁਮ, ਮੇਰੇ ਐਨੀਮਲ ਟੀਵੀ ਤੇ ਖੁਸ਼ ਆਮਦੀਦ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ ਦੇ ਨਾਲ ਹੀ ਲੱਗੇ ਬੈਲ ਆਈਕੋਨ ਦਾ ਬਟਨ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤੋ ਮੇਰੇ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ ਮੇਰੀ ਦੁਆ, ਮੈਂ ਉਮੀਦ ਕਰਨਾ ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਔਰ ਮੇਰੇ ਐਨੀਮਲ ਟੀਵੀ ਦੇ ਨਾਲ ਪਿਆਰ ਕਰਨ ਵਾਲੇ ਜਿੱਥੇ ਵੀ ਵੱਸ ਰਹੇ ਨੇ, ਖੁਸ਼ ਵੱਸ ਰਹੇ ਨੇ, ਅੱਲਾਹ ਤਾਲਾ ਦੀ ਤੇਰੇ ਰਮਤਾਂ ਨਾਜ਼ਲ ਹੋ ਰਹੀਆਂ ਨੇ। ਜਨਾਬ ਅੱਜ ਦੋਸਤਾਂ ਮੇਰੇ ਦੀ ਖਿਦਮਤ ਦੇ ਵਿੱਚ ਚੋਲਸਤਾਨੀ ਕਰਾਸ ਗਾਏ ਲੈ ਕੇ ਹਾਜ਼ਰ ਹੋਇਆ। ਦੂਸਰਾ ਵਾਰਾ ਸੂਈ ਸ਼ਰਦੀਆ ਪਿੱਛੇ ਬੱਛੀਏ, ਤਾਜ਼ਾ ਸੂਈਏ ਔਰ ਦੋਸਤਾਂ ਨੂੰ ਦੱਸੀਏ, ਬਿਲਕੁਲ ਮੁਨਾਸਬ ਮਕੂਲ ਮੁੱਲ ਦੇ ਵਿੱਚ, ਬੜਾ ਹੀ ਮਕੂਲ ਮੁੱਲ ਹੈ ਅਤੇ ਮਾਸ਼ਾਅੱਲਾ ਚੋਲਸਤਾਨੀ ਕਰਾਸ ਹੈ, ਗਾਏ ਦਹਾਨੇ ਆ। ਅਤੇ ਉਸ ਤੋਂ ਪਹਿਲੇ ਮੇਰੇ ਐਨੀਮਲ ਟੀਵੀ ਦਾ ਇੱਕ ਨਾਰਾ ਮਿਸ਼ਨ ਹੈ, ਘਰ ਦਾ ਦੁੱਧ ਘਰ ਦੀ ਚਾਹ ਲਾ ਫੈਂਡਾ ਅਤੇ ਪੀ ਚਾਹ। ਇਸ ਮਿਸ਼ਨ 'ਤੇ ਮੇਰੇ ਐਨੀਮਲ ਟੀਵੀ ਦਾ ਕਾਫਲਾ ਰਵਾਂਦਾ ਮੈਂ ਇਸੇ ਮਿਸ਼ਨ 'ਤੇ। ਅੱਜ ਦੀ ਗਾਏ, ਅੱਜ ਦੀ ਚੋਲਸਤਾਨੀ ਤੋਹਫਾ ਲੈ ਕੇ ਹਾਜ਼ਰ ਹੋਇਆ, ਦਿਖਾਉਂਦੇ ਹਾਂ ਫਿਰ ਦੋਸਤਾਂ ਮੇਰੇ ਦਾ। ਆਓ ਜੀ ਲਓ ਜੀ ਦੋਸਤੋ, ਗਾਏ ਆ ਗਈ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ। ਸਭ ਤੋਂ ਪਹਿਲੇ ਜਨਾਬ ਦੋਸਤ ਵੀਰ ਗਾਏ ਦਾ ਰੰਗ ਚੈੱਕ ਕਰ ਲੈਣ, ਲੱਖਾਂ ਰੰਗ ਹੈ ਜਨਾਬ, ਬਲੈਕ ਵੀ ਕਹਿ ਸਕਦੇ ਹਾਂ, ਲੱਖਾਂ ਵੀ ਕਹਿ ਸਕਦੇ ਹਾਂ। ਦੋਸਤਾਂ ਵੀਰਾਂ ਦੇ ਜਨਾਬ ਸਾਹਮਣੇ ਚੋਲਸਤਾਨੀ ਕਰਾਸ ਹੈ, ਦੂਸਰਾ ਵਾਰਾ ਸੂਈ ਹੈ ਸ਼ਰਤੀਆ ਜਨਾਬ। ਸੂਈ ਨੂੰ ਅੱਜ ਹੋ ਗਿਆ ਜਨਾਬ 4 ਦਿਨ, ਚੌਥੇ ਦਿਨ ਦੀ ਜਵਾਈ ਜਨਾਬ ਕਰਨ ਲਾਈਵ ਦਿਖਾਵਾਂਗੇ ਦੋਸਤਾਂ ਵੀਰਾਂ ਨੂੰ। ਬਾਕੀ ਜਨਾਬ ਦੋਸਤ ਵੀਰ ਗਾਏ ਵੇਖ ਲੈਣ, ਚੋਲਸਤਾਨੀ ਕਰਾਸ, ਗਾਏ ਨੂੰ ਕੱਦ ਪੂਰਾ, ਗਾਏ ਨੂੰ ਲੰਬਾਈਆਂ ਪੂਰੀਆਂ, ਗਾਏ ਨੂੰ ਖੂਬਸੂਰਤੀ ਪੂਰੀ, ਗਾਏ ਦਾ ਜਿਸਮ ਪੂਰਾ ਔਰ ਗਾਏ ਨੂੰ ਬਰੀਕੀਆਂ ਵੀ ਪੂਰੀਆਂ। ਮਾਸ਼ਾਅੱਲਾ ਬਲੈਕ ਰੰਗ ਦੀ ਕਹਿ ਸਕਦੇ ਹਾਂ। ਬਾਕੀ ਜਿਹੜਾ ਚਿਹਰਾ ਬੂਥੀ ਹੈ ਉਹ ਬਰਾਊਨ ਦੇ ਵਿੱਚ, ਸਲੇਟੀ ਕਲਰ ਦੇ ਵਿੱਚ। ਬਾਕੀ ਪਿੱਛੇ ਜਿਹੜੀ ਵੱਛੀ ਹੈ ਉਹ ਜਨਾਬ ਇੱਕ ਰੰਗ ਦੇ ਵਿੱਚ, ਸਾਹੀਵਾਲ ਰੰਗ ਦੇ ਵਿੱਚ ਜਿਹੜੀ ਵੱਛੀ ਹੈ। ਮਾਂ ਚੋਲਸਤਾਨੀ ਜਿਹੜੀ ਪਿੱਛੇ ਵੱਛੀ ਹੈ ਉਹ ਸਾਹੀਵਾਲ ਅਤੇ ਚੋਲਸਤਾਨੀ ਕਰਾਸ ਹੈ। ਦੋਸਤ ਵੀਰ ਵੇਖ ਸਕਦੇ ਨੇ, ਤਸੱਲੀ ਕਰਵਾਵਾਂਗੇ। ਗਾਏ ਨੂੰ ਖੋਲ੍ਹ ਕੇ ਦੂਸਰੀ ਸਾਈਡ ਦਿਖਾਓ ਜੀ, ਗਾਏ ਦੀ ਤਾਜ਼ਾ ਸੂਈ। ਅੱਜ ਸੂਈ ਨੂੰ ਹੋ ਗਿਆ ਜਨਾਬ 4 ਦਿਨ, ਚੌਥਾ ਦਿਨ ਹੈ ਜਨਾਬ ਸੂਈ ਨੂੰ। ਇੱਥੇ ਹੀ ਨਾ, ਇੱਥੇ ਦੂਸਰੀ ਸਾਈਡ ਦਿਖਾ ਦੇ, ਅੱਗੇ ਕਰ ਵੱਛੀ ਵੀ, ਅੱਗੇ ਕਰ, ਕੋਈ ਨਹੀਂ ਵੱਛੀ ਅੱਗੇ ਕਰ, ਵੱਛੀ ਅੱਗੇ ਕਰ, ਅੱਗੇ ਕਰ, ਇਹ ਜਨਾਬ ਗਾਏ ਦੀ ਦੂਸਰੀ ਸਾਈਡ ਹੈ। ਦੋਨਾਂ ਸਾਈਡਾਂ ਤੋਂ ਇੱਕ ਪ੍ਰਿੰਟ, ਇੱਕ ਤਸਵੀਰ ਦੀ ਮਾਲਕ ਹੈ, ਸਾਰੀ ਦੀ ਸਾਰੀ ਜਨਾਬ ਇੱਕ ਰੰਗ ਦੇ ਵਿੱਚ। ਬਾਕੀ ਮੂੰਹ ਹੈ ਜਿਹੜਾ ਉਹ ਸਲੇਟੀ ਰੰਗ ਦਾ। ਦੋਸਤ ਵੀਰ ਜਨਾਬ ਤਸੱਲੀ ਕਰ ਲੈਣ, ਪਿੱਛੇ ਵੱਛੀ ਹੈ, ਤੋਰ ਕੇ ਦਿਖਾਉਂਦੇ ਹਾਂ, ਲਾਈਵ ਚੁਆਈ ਕਰਾਵਾਂਗੇ ਹਾਜ਼ਰ ਮੌਕੇ, ਕਿੰਨਾ ਦੁੱਧ ਦੇ ਦੋਸਤਾਂ ਮੇਰਿਆਂ ਦੇ ਜਨਾਬ ਸਾਹਮਣੇ ਆ ਜਾਏਗਾ। ਨਾ ਇਹ ਗਰਮੀ ਕਰੇਗੀ, ਨਾ ਇਹ ਸਰਦੀ ਕਰੇਗੀ, ਕਿਉਂਕਿ ਚੋਲਸਤਾਨੀ ਕਰਾਸ ਹੈ ਅਤੇ ਚੋਲਸਤਾਨੀ ਕਰਾਸ ਜਾਨਵਰ ਗਰਮੀ ਨਹੀਂ ਕਰੇਗਾ, ਗਰਮੀ ਦਾ ਬਾਦਸ਼ਾਹ ਕਰਾਸ ਹੈ ਜਨਾਬ। ਲਬਾਸ ਵਾਨੇ ਦੀ ਸੋਹਣੀ ਹੈ, ਵਾਪਸ ਲਿਆ ਪਿੱਛੇ ਵੱਛੀ, ਇੱਕ ਦੀਆਂ ਦੋ ਗਾਵਾਂ, ਦੂਸਰਾ ਵਾਰਾ ਸੂਈ, ਵਾਪਸ ਲਿਆ, ਆਰਾਮ ਨਾਲ ਡੋਰੀ, ਆਰਾਮ ਨਾਲ, ਆਰਾਮ ਨਾਲ ਡੋਰੀ। ਇਹ ਜਨਾਬ ਦੋਸਤ ਵੀਰ ਲਬਾਸਵਾਨਾ ਦੇਖ ਲੈਣ, ਸੋਹਣਾ ਲਬਾਸਵਾਨਾ ਮਾਸ਼ਾਅੱਲਾ, ਔਰ ਹਾਜ਼ਰ ਮੌਕੇ ਕਿੰਨਾ ਦੁੱਧ ਹੈ ਉਹ ਦੋਸਤਾਂ ਵੀਰਾਂ ਦੇ ਸਾਹਮਣੇ ਆ ਜਾਏਗਾ। ਕਾਲਾ ਥਣ ਲੱਗਿਆ ਜਨਾਬ, ਲੈ ਚਲੋ ਜੀ, ਕਰ ਲੈ ਚਲੋ,
ਮਾਸ਼ਾਅੱਲਾ। ਅੱਜ ਦਾ ਜਿਹੜਾ ਮੁੱਲ ਹੋਏਗਾ ਬਿਲਕੁਲ ਨਿਹਾਇਤ ਮੁਨਾਸਿਬ ਔਰ ਮਾਕੂਲ ਮੁੱਲ ਹੋਏਗਾ। ਇਹ ਜਨਾਬ ਪਿੱਛੇ ਵੱਛੀ ਹੈ, ਵੱਛੀ ਦੋਸਤ ਵੀਰ ਵੇਖ ਲੈਣ, ਸਾਹੀਵਾਲ ਅਤੇ ਚੋਲਸਤਾਨੀ ਕਰਾਸ ਦੇ ਵਿੱਚ ਵੱਛੀ ਹੈ, ਮਾਂ ਚੋਲਸਤਾਨੀ ਕਰਾਸ ਹੈ। ਲਓ ਜੀ ਬੱਚਾ ਲਓ, ਚੁਆਈ ਕਰੀਏ, ਬੱਚਾ ਲਓ। ਪੂਰੀ ਅਸੀਰ ਸ਼ਰਾਬ, ਘਰ ਰੱਖਣ ਵਾਲੀ, ਚੋਣ ਪੀਣ ਵਾਲੀ, ਤਸੱਲੀ ਵਾਲੀ, ਦੂਸਰਾ ਸੂਆ ਤਸੱਲੀ ਨਾਲ, ਗਰੰਟੀ ਨਾਲ, ਦੂਸਰਾ ਸੂਆ ਗਾਏ ਦੀ ਅਸੀਲਤਾਂ ਦੋਸਤਾਂ ਮੇਰਾ ਨੇ ਖੁਦ ਵੇਖਣੀਆਂ ਨੇ, ਗੱਲਾਂ ਨਹੀਂ ਮੇਰਾ ਨਿਮਲ ਟੀ ਵੀ ਦਾ ਅਲਹਮਦੁਲਿਲਾ ਕੰਮ ਬੋਲਦਾ। ਗਾਏ ਨੂੰ ਅਸੀਲਤਾਂ ਬੜੀਆਂ ਕਿਉਂਕਿ ਨਜ਼ਰ ਆਉਂਦੀਆਂ ਪਈਆਂ ਕੈਮਰੇ ਦੇ ਵਿੱਚ। ਘਰ ਚੋਣ ਪੀਣ ਵਾਸਤੇ ਤਸੱਲੀ ਨਾਲ, ਗਰੰਟੀ ਨਾਲ ਦੋਸਤ ਵੀਰ ਚੋ ਪੀ ਸਕਦੇ ਹਨ। ਮਾਸ਼ਾਅੱਲਾ। ਦੇ ਦੇ ਬਾਲਟੀ ਅੱਗੇ ਹੋ ਕੇ, ਬਾਲਟੀ ਫੜਾ, ਬਾਲਟੀ ਥੱਲੇ ਬਹਿ ਕੇ ਦਿਖਾਓ। ਓਕੇ ਜੀ, ਹਾਂਜੀ ਠੀਕ ਹੈ। ਇਹ ਮਾਸ਼ਾਅੱਲਾ ਦੋਸਤਾਂ ਮੇਰੇ ਨੇ ਥਣ ਦੇਖ ਲੈਣੇ ਨੇ, ਥਣ ਵੀ ਸੋਹਣਾ ਮੁੱਠ ਮੁੱਠ ਦਾ, ਜ਼ਬਰਦਸਤ ਪਸਮਾ, ਜ਼ਬਰਦਸਤ ਥਣ ਹੈ ਮਾਸ਼ਾਅੱਲਾ ਮੁੱਠ ਮੁੱਠ ਦਾ। ਇੱਕ ਇੱਕ ਥਣ ਦੀ ਧਾਰ ਮਾਰ, ਮਾਸ਼ਾਅੱਲਾ ਜ਼ਬਰਦਸਤ। ਜ਼ਬਰਦਸਤ ਜੀ ਜ਼ਬਰਦਸਤ। ਜ਼ਬਰਦਸਤ ਜਨਾਬ ਥਣ ਦਾ ਪਸਮਾਏ, ਜ਼ਬਰਦਸਤ ਚੁਆਏ ਮਾਸ਼ਾਅੱਲਾ। ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ, ਚੁਆਈ ਕਰੋ ਜੀ। ਇਹ ਜਨਾਬ ਦੋਸਤ ਵੀਰ ਗਾਏ ਦੀਆਂ ਅਸੀਲਤਾਂ ਚੈੱਕ ਕਰ ਲੈਣ, ਇਸ ਤਰ੍ਹਾਂ ਮਿਲਦੀ ਹੈ, ਇਸ ਤਰ੍ਹਾਂ ਮੱਝ ਦੇ ਕੋਲ ਜਿਗਰ ਹੈ, ਜਿਸ ਤਰ੍ਹਾਂ ਗਾਏ ਦੇ ਕੋਲ ਜਿਗਰ ਹੈ, ਜਿਸ ਤਰ੍ਹਾਂ ਮੱਝ ਦਾ ਹੁੰਦਾ। ਪਿੱਛੇ ਵੱਛੀ ਹੈ ਚੋਰਸਤਾਨੀ ਕਰਾਸ, ਚਾਰ ਦਿਨ ਦੀ ਜਨਾਬ ਸੂਈ ਹੋਈ, ਥੈਂਕ ਯੂ।
ਅਗਲੇ ਨਾ ਅਗਲਾ ਪੀ ਲੈਣਾ ਪੀਜ਼ਾ ਬਰਾਬਰ ਜੀ ਮਾਸ਼ਾਅੱਲਾ ਠੀਕ ਹੈ ਜ਼ਬਰਦਸਤ ਛੱਡ ਦਈਏ ਬਸ ਕਰ ਵੱਛੀ ਵਾਸੀ ਛੱਡ ਦੇ ਬਸ ਕਰ ਬਸ ਕਰ ਬਸ ਕਰ ਵੱਛੀ ਨੂੰ ਪੀ ਲੈ ਲਿਆ ਠੀਕ ਹੋ ਗਿਆ ਇੱਕ ਦੋ ਦਫ਼ਾ ਨਾ ਪੈਂਟ ਲਾ ਚੰਗੀ ਤਰ੍ਹਾਂ ਪੰਜ ਕੁ ਕਿਲੋ ਹੋਵੇਗਾ ਪੰਜ ਛੇ ਕਿਲੋ ਮੀਨੋ ਇਹ ਜਨਾਬ ਬਰਕਤ ਹੋ ਗਈ ਇੱਕ ਸਫੈਦ ਦੁੱਧ ਹੈ ਜਨਾਬ ਸਭ ਤੋਂ ਵੱਡੀ ਗੱਲ ਇਹ ਗਾਏ ਦੇ ਕੋਲ ਸਫੈਦ ਦੁੱਧ ਦੇ ਦੋ ਗੜਵੀਆਂ ਇਹ ਤਿੰਨ ਸਫੈਦ ਦੁੱਧ ਦੀ ਮਾਲਕ ਹੈ ਕਿਉਂਕਿ ਚੋਲਸ ਤਾਂ ਨਹੀਂ ਕਰਾਸ ਹੈ ਇਹ ਚਾਰ ਪੰਜ ਇਹ ਜਨਾਬ ਛੇ ਛੇ ਲੀਟਰ ਹੋ ਗਿਆ ਜਨਾਬ ਛੇ ਲੀਟਰ ਗਾਏ ਦੇ ਕੋਲ ਦੁੱਧ ਮੌਜੂਦ ਹੈ ਬਾਕੀ ਜਨਾਬ ਵੱਛੀ ਵਾਸਤੇ ਛੱਡ ਦਿੱਤਾ ਗਾਏ ਦੀ ਤਸੱਲੀ ਦੋਸਤਾਂ ਵੀਰਾਂ ਨੇ ਕਰ ਲਈ ਹੈ ਹੁਣ ਕਰਾਂਗੇ ਜਨਾਬ ਮਾਲਕ ਦੇ ਨਾਲ ਗੱਲਾਂ ਆਓ ਜੀ ਤੁਸੀਂ ਇੱਧਰ ਹੋ ਜਾਓ ਅਸਲਾਮ ਵਾਲੇ ਕੀ ਹਾਲ ਹੈ ਭਾਈ ਜਾਨ ਠੀਕ ਠਾਕ ਠੀਕ ਠਾਕ ਖਰੀਅਤ ਮੁਹੰਮਦ ਇਮਰਾਨ ਇਮਰਾਨ ਭਾਈ ਆਪਣੀ ਗਾਇਦ ਆਈਏ ਸਭ ਤੋਂ ਪਹਿਲੇ ਦੱਸੋ ਦੋਸਤਾਂ ਵੀਰਾਂ ਨੂੰ ਕਰਾਸ ਕਿਹੜਾ ਹੈ ਚੋਲਸ ਤਾਂ ਨਹੀਂ ਸੂਆ ਕਿੰਨਾ ਦੂਸਰਾ ਸ਼ਰਪੀਆ ਦੂਸਰਾ ਮੂੰਹ ਪੂਰੀ
ਲੇਕਿਨ 11 ਦੇ ਦਾਂਗੇ ਦੁੱਧ 6 ਤੋਂ 6 12 ਕਿਲੋ ਜੀ 12 ਕਿਲੋ ਜੀ 12 ਕਿਲੋ ਪੂਰਾ ਅੱਛਾ ਕੋਈ ਬਿਮਾਰੀ ਕੋ ਮਸਲਾ ਸਹਿ ਕਿਸੇ ਕਿਸਮ ਦਾ ਮਸਲਾ ਹੋਵੇ ਆਪਾਂ ਜ਼ਿੰਮੇਵਾਰ ਜ਼ਿੰਮੇਵਾਰ ਕਿਸੇ ਕਿਸਮ ਦਾ ਵੀ ਮਸਲਾ ਹੋਵੇ ਬਿਲਕੁਲ ਠੀਕ ਹੋ ਗਿਆ ਬਿਮਾਰੀ ਦੀ ਤੇਰੀ ਗਰੰਟੀ ਹੋਵੇਗੀ ਬਾਕੀ ਗਾਇਦ ਦੀ ਗਰੰਟੀ ਕਿਸੇ ਕਿਸਮ ਦਾ ਮਸਲਾ ਭਾਈ ਜ਼ਿੰਮੇਵਾਰ ਆਪਾਂ ਇਹ ਬੋਲੇ ਤੋਂ ਬਾਹਰ ਚਲੀ ਗਈ ਇਹ ਮਜ਼ੀਦ ਮੈਲਾ ਸ਼ਾਲਾ ਪਾਏਗੀ ਦੁੱਧ ਵਧੇਗੀ ਵਧਣਾ ਹੀ ਹੈ ਕਿੰਨੇ ਦੁੱਧ ਚਲੀ ਜਾਏਗਾ ਅੰਦਾਜ਼ਾ 14 ਲੀਟਰ ਤੇ ਚਲੀ ਜਾਏਗਾ ਆਰਾਮ ਨਾਲ 14 ਬਾਕੀ ਹਾਜ਼ਰ ਮੌਕੇ 12 12 11 ਦੀ ਗਰੰਟੀ 11 ਦੀ ਗਰੰਟੀ ਦੁੱਧ 12 ਦੁੱਧ 14 15 ਕਰ ਜਾਏਗਾ ਆਰਾਮ ਬਿਲਕੁਲ ਠੀਕ ਹੋ ਗਈ ਦੋਸਤੋ ਦੇਖ ਲਈ ਸਾਰੀਆਂ ਗੱਲਾਂ ਦੋਸਤਾਂ ਵੀਰਾਂ ਦੇ ਸਾਹਮਣੇ ਬਿਮਾਰੀ ਦੀ ਗਰੰਟੀ ਹੋ ਗਈ ਜਾਨਵਰ ਜਾਂਗੇ ਤੰਦਰੁਸਤ ਤਵਾਨਾ ਸਿਹਤਮੰਦ ਜਾਨਵਰ 'ਚ ਐਬ ਨਹੀਂ ਹੋਏਗਾ ਦੁੱਧ ਦੋਸਤ ਵੀਰ ਦੇ ਪਾਏ ਦਾ ਦੁੱਧ ਨਸੀਬ ਦਾ ਭਾਈ ਜਾਨ ਮੁੱਲ ਕਰਦੇ ਪਿਆਰ ਨੂੰ ਪਤਾ ਅੱਜ ਮੁੱਲ ਨਹੀਂ ਕਰਨਾ ਬਾ ਅੱਜ ਮੁਨਾਸਬ ਜਿਹਾ ਬੋਲ 2 ਦਿਨ ਰਹਿ ਗਏ ਨਹੀਂ ਤੇ ਈਦ ਦੇ 2 ਦਿਨ ਰਹਿ ਠੀਕ ਹੈ ਪਤਾ ਨਹੀਂ ਕਿੰਨੇ ਸੇਵੀਆਂ ਅੱਲਾ ਤਾਲਾ ਹਾ ਚੱਲ ਤਾਂ ਹਰ ਤੇ ਖੈਰ ਕਰੇ ਸੇਵੀਆਂ ਫੇਨੀਆਂ ਪਤਾ ਨਹੀਂ ਕਿਹੜੇ ਘਰ ਨੇ ਪਕਾਉਣੀਆਂ ਕਿਹੜੇ ਘਰ ਨੇ ਪਕਾਉਣੀਆਂ ਨੇ ਸੇਵੀਆਂ ਹਸੇ ਤੇ ਕਰੇ ਕੋ ਗਰੀਬ ਆਪਣੇ ਵਾਸਤੇ ਬੈਠਾ ਬਸ ਪਿਆਰ ਮੁਹੱਬਤ ਨਾਲ ਬੋਲ ਕਰ 1,60,000 ਰੁਪਏ 1,60,000 ਬਿਲਕੁਲ ਬੜਾ ਮੁਨਾਸਬ ਮੁੱਲ ਕੀਤਾ ਜੀ 1,60 ਦੇ ਵਿੱਚੋਂ ਪਿਆਰ ਮੁਹੱਬਤ ਹੋ ਜਾਏ ਯਾਰ ਤੇਰੇ ਮੂੰਹ ਕਰ ਦਿਆਂਗੇ ਪਿਆਰ ਬੜੀ ਮਿਹਰਬਾਨੀ ਲੋ ਜੀ ਦੋਸਤੋ 1,60,000 ਰੁਪਇਆ ਗਾਏ ਦਾ ਮੁੱਲ ਹੈ ਗਾਏ ਵੇਖ ਲਈਏ ਪਿੱਛੇ ਬੱਚੀ ਹੈ ਪਿੱਛੇ ਬਛੜੀ ਹੈ ਦੁੱਧ ਵੇਖ ਲਿਆ ਸਫੈਦ ਦੁੱਧ ਦੀ ਮਾਲਕ ਹੈ ਸੋਨਾ ਲੈਣਾ ਹੈ ਤੇ ਮੇਰੇ ਐਨੀਮਲ ਟੀਵੀ ਤੋਂ ਲੈਣਾ ਪਿੱਤਲ ਲੈਣਾ ਹੈ ਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ ਇਹ ਮੇਰੇ ਐਨੀਮਲ ਟੀਵੀ ਦੀ ਆਵਾਜ਼ ਹੈ ਮਿਆਰ ਚਾਹੀਦਾ ਮਿਆਰ ਲੈਣਾ ਤੇ ਮੇਰੇ ਐਨੀਮਲ ਟੀਵੀ ਦਾ ਇੰਤਖਾਬ ਕਰਨਾ ਲੋਕੇਸ਼ਨ ਹੈ ਜਨਾਬ ਜ਼ਿਲ੍ਹਾ ਪਾਕਪਤਨ ਸ਼ਰੀਫ ਪਾਕਿਸਤਾਨ ਜ਼ਿੰਦਾਬਾਦ।